ਜਿਹੜਾ ਅਸੀਂ ਕੰਮ ਕਰਦੇ ਪਏ ਆ ਅਸੀਂ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰਦੇ ਪਏ ਆ, ਠੀਕ ਹੈ, ਪਰ ਸਾਨੂੰ ਜਿਹੜੇ ਸ਼ਰਾਰਤੀ ਅਨਸਰ ਨੇ ਜੋ ਕੁਛ ਆਪਣਾ ਨੇਮ ਔਰ ਫੇਮ ਪਾਉਣ ਵਾਸਤੇ ਸਾਡੇ ਦਫਤਰਾਂ ਵਿੱਚ ਆ ਕੇ ਵੱਧ ਸਲੂਕੀ ਕਰਦੇ ਨੇ ਜਾਂ ਆ ਕੇ ਬਾਹਰ ਧਰਨੇ ਲਾਉਣ ਦੀ ਧਮਕੀਆਂ ਦਿੰਦੇ ਨੇ, ਸਾਨੂੰ ਸਿੱਧੀ ਇੱਕ ਕੌਲ ਆਉਂਦੀ ਤੂੰ ਇਸ ਬੰਦੇ ਦੇ ਪੈਸੇ ਦੇਣੇ ਆ ਜਾਂ ਨਹੀਂ, ਪੈਸੇ ਦੇਣੇ ਆ ਜਾਂ ਨਹੀਂ ਦੇਣੇ, ਮੈਨੂੰ ਬੰਦਿਆਂ ਨੂੰ ਗੱਲ ਦੱਸ ਕਿੰਨੇ ਚ ਨਿਬੜਨਾ, ਤੂੰ ਪੈਸੇ ਦੇਣੇ ਆ ਜਾਂ ਨਹੀਂ ਦੇਣੇ ਬੰਦਿਆਂ ਨੂੰ ਗੱਲ ਦੱਸ, ਬੰਦਾ ਯਾਰ ਮੁਲਾਜ਼ਮ ਬੰਦਾ, ਬੰਦੇ ਦਾ ਬੰਦਾ ਦੇਖਦਾ ਲੈ, ਬੰਦਾ ਘਰੇ ਰੂਈ ਜਾਂਦਾ, ਘਰ ਵਾਈਫ ਨਾਲ ਬੈਠੀ ਯਾਰ ਇੱਥੇ, ਕੋਈ ਹੋਰ ਪੱਖ ਨਾ, ਹੁਣ ਭਾਨਾ ਸਿੱਧੂ ਹੋਈ ਨੀ ਲੋਟ ਆ ਰਿਹਾ ਸੀਗਾ, ਲੋਕਾਂ ਨੂੰ ਮੈਂ ਵਟਸਐਪ ਤੇ ਕਾਲ ਕਰਦਾ ਸੀ ਕਿਉੜੀਆਂ ਦੇ ਨਾਲ ਜਾਂ ਮੁੰਡਿਆਂ ਦੇ ਨਾਲ ਬਦਤਮੀਜ਼ੀ ਦੇ ਨਾਲ ਗੱਲ ਕਰਦਾ ਸੀ, ਨਹੀਂ ਜੀ ਮੈਂ ਤੁਹਾਨੂੰ ਪੈਸੇ ਦੇਣੇ ਦਿਓ ਨਹੀਂ ਤਾਂ ਮੈਂ ਆਹ ਕਰ ਦਾਂਗਾ ਤੁਹਾਡਾ ਜਲੂਸ ਕੱਢ ਦਾਂਗਾ, ਜਦਕਿ ਉਹ ਅਨਅਥੋਰਾਈਜ਼ ਪਰਸਨ ਸੀਗਾ ਕਿਸੇ ਦੇ ਲਈ, ਉਹਦਾ ਉਹ ਕਿਸੇ ਦੇ ਕੋਈ ਪੈਸੇ ਨਹੀਂ ਸੀ ਦਵਾ ਰਿਹਾ, ਸਿਰਫ ਆਪਣਾ ਫੇਮ ਬਣਾ ਰਿਹਾ ਸੀ, ਆਪਣਾ ਨਾਮ ਬਣਾ ਰਿਹਾ, ਇੱਕ ਪੱਚੀ ਦਿੱਤਾ ਵੀਜ਼ਾ ਲਵਾਉਣ ਦਾ, ਇਹਨਾਂ ਦਾ ਵੀਜ਼ਾ ਨਹੀਂ ਲੱਗਿਆ, ਫਿਰ ਇਹਨਾਂ ਦਾ ਤੁਸੀਂ ਵਾਪਸ ਕਰ ਦੋ, ਬ੍ਰਦਰ ਜਿਹੜੀ ਕਿਸੇ ਵੀ ਪਰਸਨ ਨੂੰ ਸੈਲਰੀ ਪੇ ਕਰ ਦਿੱਤੀ ਜਾਂਦੀ ਉਹ ਨਾਨ ਰਿਫੰਡੇਬਲ ਲੱਗਿਆ, ਸਰ ਕੋਰਟ ਦੇ ਵਿੱਚ ਫਸਲ ਨੇ ਕੰਮ ਕੀਤਾ ਉਸ ਬੰਦੇ ਨੇ ਸੈਲਰੀ ਦਿੱਤਾ ਨਹੀਂ, ਸਰ ਕੋਰਟ ਦੇ ਵਿੱਚ ਅਜਿਹੇ ਕੇਸ ਵੀ ਨੇ ਜਿਹੜਾ 10-10 ਸਾਲ ਹੋ ਗਏ ਲਟਕਦਿਆਂ ਨੂੰ, ਲੋਕਾਂ ਨੂੰ 20-20 ਲੱਖ ਰੁਪਇਆ ਨਹੀਂ ਮਿਲਿਆ ਉਹਨਾਂ ਦਾ, ਕੀ ਉਹ ਇਮੀਗ੍ਰੇਸ਼ਨ ਕੰਪਨੀ ਉਹ ਦੇਣ ਦਾ ਨਹੀਂ ਕਰਵਾਈ ਜੀ ਆਪਣੀ, ਇਹੋ ਜੀ ਇਹੋ ਜੀ ਇਮੀਗ੍ਰੇਸ਼ਨ ਕੰਪਨੀ ਹੈਗੀਆਂ ਜਿਹੜੀ ਕਰੋੜਾਂ ਰੁਪਇਆ ਠੱਗ ਕੇ ਬਾਹਰ ਭੱਜ ਜਾਂਦੇ ਨੇ, ਤੁਹਾਨੂੰ ਵੀ ਜਾਣਕਾਰੀ ਹੋਵੇਗੀ, ਹੁਣ ਤੁਸੀਂ ਭਾਵੇਂ ਕਹਿ ਰਹੇ ਹੋ ਕਿ ਸਾਡੇ ਨਾਲ ਸਾਡੇ ਇਮੀਗ੍ਰੇਸ਼ਨ ਕੰਪਨੀ ਠੱਗੀ ਨਹੀਂ ਮਾਰਦੀਆਂ, 2-2-3-3 ਕਰੋੜ ਰੁਪਇਆ ਅਜਿਹੇ ਕਿੰਨੇ ਕੇਸ ਪਿਛਲੇ ਸਮੇਂ ਦੇ ਸਾਹਮਣੇ ਆਏ ਨੇ, ਠੱਗ ਕੇ ਬਾਹਰ ਭੱਜ ਜਾਂਦੇ ਨੇ, ਪਰ ਲੋਕ ਤਾਂ ਬੈਠੇ ਰਹਿੰਦੇ ਨੇ, ਜਿਨ੍ਹਾਂ ਨੇ ਪੈਸੇ ਦੇ ਦਿੱਤੇ, ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਦੇ ਦਿੱਤਾ, ਉਹ ਲੋਕ ਫਿਰ ਧਰਨੇ ਕਿਉਂ ਨਾ ਲਾਉਣ, ਤੁਸੀਂ ਹੁਣੇ ਕਿਹਾ ਇਸ ਚੀਜ਼ ਦੇ ਕੀ ਸਾਡੀ ਜੁਡੀਸ਼ੀਅਲ ਚ 20-20 ਸਾਲ ਹੋ ਗਏ, ਕੀ ਆਪਾਂ ਜੁਡੀਸ਼ੀਅਲ ਤੇ ਸਵਾਲ ਉਠਾ ਰਹੇ ਹਾਂ, ਕੀ ਆਪਾਂ ਜੁਡੀਸ਼ੀਅਲ ਤੇ ਸਵਾਲ ਉਠਾਵਾਂਗੇ, ਲੋਕ ਤਾਂ ਪਰੇਸ਼ਾਨ ਹੋ ਰਹੇ ਨੇ, ਲੋਕਾਂ ਦੀ ਗੱਲ ਹੈ, ਉਹ ਜਿਹੜੇ ਧਰਨੇ ਦੇਣਗੇ ਉਹਦਾ ਫੈਸਲਾ ਜੁਡੀਸ਼ੀਅਲ ਨੇ ਕਰਨਾ, ਮੈਂ ਨਹੀਂ ਕਰ ਸਕਦਾ, ਤੁਸੀਂ ਨਹੀਂ ਕਰ ਸਕਦੇ, ਕੋਈ ਥਰਡ ਪਰਸਨ ਉੱਥੇ ਆ ਕੇ ਕਿਸੇ ਨੂੰ ਧਮਕੀ ਦੇਵੇਗਾ, ਤੁਸੀਂ ਤਾਂ ਜੁਡੀਸ਼ੀਅਲ ਤੇ ਵਿਸ਼ਵਾਸ ਰੱਖਦੇ ਹੋ, ਅਸੀਂ ਵਿਸ਼ਵਾਸ ਰੱਖਦੇ ਹਾਂ, ਤੁਹਾਡੀ ਯੂਨੀਅਨ ਨੇ ਕੋਈ ਮੰਗ ਪੱਤਰ ਕੋਈ ਸੀ ਦਿੱਤਾ ਤੁਸੀਂ ਕਿਸੇ, ਜਿਵੇਂ ਹੁਣ ਤੁਸੀਂ ਇਹਨਾਂ ਨੇ ਭਾਵਨਾ ਸਿੱਧੂ ਦੀ ਗੱਲ ਕੀਤੀ ਆ, ਜਿਹੜੇ ਲੋਕ ਤੁਹਾਨੂੰ ਚਲੋ ਤੁਸੀਂ ਸਾਡੇ ਮੂਹਰੇ ਨਾ ਨਹੀਂ ਲੈ ਰਹੇ, ਪਰ ਜਿਹੜੇ ਲੋਕ ਤੁਹਾਨੂੰ ਫੋਨ ਕਾਲ ਤੇ ਧਮਕੀਆਂ ਦਿੰਦੇ ਆ, ਤੁਹਾਨੂੰ ਰੈਡ ਕਾਲ ਕਰ ਰਹੇ ਆ, ਤੁਸੀਂ ਉਹਨਾਂ ਦੇ ਖਿਲਾਫ ਆਪਣੀ ਯੂਨੀਅਨ ਵੱਲੋਂ ਕਿਉਂ ਨਹੀਂ ਮੰਗ ਪੱਤਰ ਦਿੰਦੇ ਐਸਐਪੀ ਨੂੰ, ਇਹ ਜਿਹੜੇ ਬੈਠੇ ਹੋਏ ਚਾਰ ਸੱਜਣ ਬੈਠੇ ਨੇ ਇਸੇ ਕਰਕੇ ਬੈਠੇ ਆ, ਨਹੀਂ ਪਰ ਅਸੀਂ ਤੁਹਾਡੀ ਆਵਾਜ਼ ਸਿਰਫ ਪਹੁੰਚਾ ਸਕਦੇ ਆ, ਪਰ ਇਹਦਾ ਲੀਗਲੀ ਜਿਹੜਾ ਕੰਮ ਆ ਉਹ ਤਾਂ ਤੁਸੀਂ ਉਹ ਕਰਨਾ ਨਾ, ਤੁਸੀਂ ਜੋ ਲੀਗਲੀ ਸਾਨੂੰ ਪ੍ਰੋਸੀਡ ਅਸੀਂ ਕੀਤਾ ਹੋਇਆ ਹੈ, ਉਹ ਵੀ ਸਮੇਂ ਆਉਣ ਤੇ ਅੱਗੋਂ ਅੱਗ ਤੁਹਾਡੇ ਸਾਹਮਣੇ ਆਊਗਾ, ਪਰ ਅਜੇ ਲੱਗੂਗਾ ਟਾਈਮ ਨੂੰ, ਤੁਸੀਂ ਕਿਸੇ ਅਫਸਰ ਨੂੰ ਮਿਲੇ ਹਾਂਜੀ, ਮੇਰੇ ਮੈਂ ਜਦੋਂ ਮੈਂ ਚੀਜ਼ ਦਾ ਸ਼ਿਕਾਰ ਹੋਇਆ ਮੈਂ ਕਿਸੇ ਅਫਸਰ ਨੂੰ ਮਿਲਿਆ, ਮੇਰੇ ਕਾਫੀ ਸਪੋਰਟ ਕੀਤੀ ਉਹਨਾਂ ਨੇ, ਠੀਕ ਹੈ, ਜਦੋਂ ਉਹਨਾਂ ਡਾਕੂਮੈਂਟ ਚੈੱਕ ਕੀਤੇ ਉਸ ਬੰਦੇ ਨੂੰ ਵੀ ਬੁਲਾਇਆ, ਮੈਨੂੰ ਵੀ ਬੁਲਾਇਆ, ਬੈਠਿਆ ਗੱਲ ਹੀ ਉਹਨੂੰ ਵੀ ਕਿਹਾ ਵੀ ਆਹ ਤੇਰੀ ਗਲਤ ਹੈ ਚੀਜ਼, ਉਹ ਬੰਦਾ ਖੁਦ ਨੇ ਐਗਰੀ ਕੀਤਾ ਵੀ ਹਾਂ ਵੀ ਸੋਰੀ ਮੈਂ ਗਲਤੀ ਹੋ ਗਈ, ਸਾਡੀ ਮੰਗ ਕੀ ਹੈ ਜੀ ਹੁਣ ਲਾਸਟ ਵਿੱਚ ਮੰਗ ਦਾ, ਦੇਖੋ ਜੀ ਸਾਡੀ ਇਹੋ ਹੀ ਮੰਗ ਹੈ, ਜਿਹੜਾ ਅਸੀਂ ਕੰਮ ਕਰਦੇ ਪਏ ਆ ਅਸੀਂ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰਦੇ ਪਏ ਆ, ਠੀਕ ਹੈ, ਪਰ ਸਾਨੂੰ ਜਿਹੜੇ ਸ਼ਰਾਰਤੀ ਅਨਸਰ ਨੇ ਜੋ ਕੁਛ ਆਪਣਾ ਨੇਮ ਔਰ ਫੇਮ ਪਾਉਣ ਵਾਸਤੇ ਸਾਡੇ ਦਫਤਰਾਂ ਵਿੱਚ ਆ ਕੇ ਵੱਧ ਸਲੂਕੀ ਕਰਦੇ ਨੇ ਜਾਂ ਆ ਕੇ ਬਾਹਰ ਧਰਨੇ ਲਾਉਣ ਦੀ ਧਮਕੀਆਂ ਦਿੰਦੇ ਨੇ, ਸਾਨੂੰ ਸਿੱਧੀ ਇੱਕ ਕੌਲ ਆਉਂਦੀ ਤੂੰ ਇਸ ਬੰਦੇ ਦੇ ਪੈਸੇ ਦੇਣੇ ਆ ਜਾਂ ਨਹੀਂ, ਉਸ ਲਈ ਕੋਈ ਸਰ ਤੁਹਾਡੀ ਕੋਈ ਐਸੋਸੀਏਸ਼ਨ ਐਡਮਿਨਿਸਟ੍ਰੇਸ਼ਨ ਇਸੇ ਕਰ ਵਾਸਤੇ ਹੈਗੀ ਨਾ ਕਿ ਇਹ ਜਥੇਬੰਦੀਆਂ ਦੇ ਵਾਸਤੇ ਜਾਂ ਕੋਈ ਹੋਰ ਪੱਖ ਨਾ, ਹੁਣ ਭਾਨਾ ਸਿੱਧੂ ਹੋਈ ਨੀ ਲੋਟ ਆ ਰਿਹਾ ਸੀਗਾ, ਲੋਕਾਂ ਨੂੰ ਮੈਂ ਵਟਸਐਪ ਤੇ ਕਾਲ ਕਰਦਾ ਸੀ ਕਿਉੜੀਆਂ ਦੇ ਨਾਲ ਜਾਂ ਮੁੰਡਿਆਂ ਦੇ ਨਾਲ ਬਦਤਮੀਜ਼ੀ ਦੇ ਨਾਲ ਗੱਲ ਕਰਦਾ ਸੀ, ਨਹੀਂ ਜੀ ਮੈਂ ਤੁਹਾਨੂੰ ਪੈਸੇ ਦੇਣੇ ਦਿਓ ਨਹੀਂ ਤਾਂ ਮੈਂ ਆਹ ਕਰ ਦਾਂਗਾ ਤੁਹਾਡਾ ਜਲੂਸ ਕੱਢ ਦਾਂਗਾ, ਜਦਕਿ ਉਹ ਅਨਅਥੋਰਾਈਜ਼ ਪਰਸਨ ਸੀਗਾ ਕਿਸੇ ਦੇ ਲਈ, ਉਹਦਾ
ਉਹ ਕਿਸੇ ਦੇ ਕੋਲ ਪੈਸੇ ਨਹੀਂ ਸਦਵਾ ਰਿਹਾ, ਸਿਰਫ ਆਪਣਾ ਫੇਮ ਬਣਾ ਰਿਹਾ ਸੀ, ਆਪਣਾ ਨਾਮ ਬਣਾ ਰਿਹਾ। ਬਹੁਤ ਸਾਰੇ ਲੋਕਾਂ ਨੂੰ ਪੈਸੇ ਮਿਲੇ, ਜਿਹੜੇ ਲੋਕ ਉੱਥੇ ਹਾਂਜੀ ਜਦੋਂ ਦੇ ਪਿੰਡ ਇਕੱਠੇ ਹੋਇਆ ਬੀਤੀ ਕੱਲ, ਜਿਹੜੇ ਇੰਨੇ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਲੋਕ ਪਹੁੰਚੇ, ਉਹਦੇ ਹੱਕ ਚ ਆਵਾਜ਼ ਬੁਲੰਦ ਕੀਤੀ ਆ, ਉਹ ਫਿਰ ਲੋਕ ਵੀ ਇਮੀਗ੍ਰੇਸ਼ਨ ਕੰਪਨੀ ਦੇ ਲੋਕ ਹੈ ਜਿਹੜੇ ਇਕੱਠੇ ਕਰੇ ਜਾਂਦੇ, ਜਿਹੜੇ ਪੋਲੀਟੀਕਲ